ਪਿੰਡ ਬੋਰਾਂ ਵਿਖੇ ਇੱਕ ਗਰੀਬ ਪਰਿਵਾਰ ਦੇ ਕੱਚੇ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ ਅਤੇ ਧੀ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਔਰਤ ਦੇ ਪੁੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਹਨਾਂ ਦਾ ਸਾਰਾ ਪਰਿਵਾਰ ਸੁੱਤਾ ਪਿਆ ਸੀ ਕਿ ਨਾਲ ਵਾਲੇ ਕਮਰੇ ਦੀ ਬਾਲਿਆਂ ਵਾਲੀ ਛੱਤ ਡਿੱਗਣ ਕਾਰਨ ਉਸਦੀ ਮਾਂ ਅਤੇ ਭੈਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਨਾਮ ਮੇਰਾ ਹਰਵਿੰਦਰ ਸਿੰਘ ਆ, ਪਿੰਡ ਬੋਰਾਂ ਜੀ। ਅਤੇ ਰਾਤੀਂ ਮੇਰੀ ਭੈਣ ਔਰ ਮੰਮੀ ਅੰਦਰ ਪਏ ਸੀਗੇ ਜੀ। 1:30 ਵਜੇ ਦਾ ਟਾਈਮ ਸੀਗਾ ਜੀ। ਇੱਟ ਬਾਲੇ ਵਾਲੀ ਛੱਤ ਸੀਗੀ, ਉੱਪਰ ਗਿਰ ਗਈ ਅਤੇ ਉਹ ਸਰਕਾਰੀ ਹੋਸਪਿਟਲ 'ਚ ਦਾਖਲ ਨੇ ਅਤੇ ਮਰਨ ਤੋਂ ਬਚ ਗਏ। ਅਤੇ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ, ਪਹਿਲਾਂ ਵੀ 3-4 ਵਾਰ ਕਾਗਜ਼ ਪੱਤਰ ਭਰੇ ਨੇ ਅਤੇ ਸਰਕਾਰ ਵੱਲੋਂ ਕੋਈ ਵੀ ਪੈਸਾ, ਕੋਈ ਛੱਤ ਦਾ ਕੁਛ ਵੀ ਨਹੀਂ ਆਇਆ ਹਾਲੇ ਤੱਕ ਜੀ। ਅਤੇ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਨੂੰ ਵੀ ਸਾਨੂੰ ਸਾਡਾ ਨੁਕਸਾਨ ਦਿੱਤਾ ਜਾਵੇ, ਸਾਡਾ ਮਕਾਨ ਦਾ ਜੋ ਬਣਦਾ ਉਹ ਦੇਣ ਜੀ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਆ ਦੇਖ ਲਓ ਵੀਰ ਜੀ, ਤੁਹਾਡੇ ਸਾਹਮਣੇ ਹੀ ਆ। ਕਾਫੀ ਨੁਕਸਾਨ ਹੋ ਗਿਆ, ਕਮਰੇ ਦਾ ਛੱਤ ਗਿਰ ਗਿਆ, ਮਰਨ ਤੋਂ ਬਚ ਗਏ ਜੀ। ਪੱਖਾ ਸੀਗਾ ਅੰਦਰ ਲੱਗਿਆ ਹੋਇਆ ਅਤੇ ਫਰਿੱਜ ਟੁੱਟ ਗਿਆ ਅਤੇ ਮੰਜਾ ਟੁੱਟ ਗਿਆ ਜੀ ਸਾਰਾ। ਕਿੰਨੇ ਬੰਦੇ ਦਾ ਜ਼ਖਮੀ ਹੋਏ ਨੇ ਇਹਦੇ ਵਿੱਚ? 2, ਇੱਕ ਕੁੜੀ ਸੀਗੀ, ਇੱਕ ਮੰਮੀ ਸੀ। ਕੀ ਨਾਮ ਸੀ ਉਹਨਾਂ ਦਾ? ਇਹ ਨਾਮ ਨਿਰਮਲ ਕੌਰ ਆ ਜੀ, ਇੱਕ ਅਮਨਜੋਤ ਆ ਕੁੜੀ। ਉੱਥੇ ਹੀ ਪਿੰਡ ਵਾਸੀ ਸਮਾਜ ਸੇਵਕ ਰਾਜਕੁਮਾਰ ਨੀਟਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਉਹਨਾਂ ਦੀ ਆਰਥਿਕ ਮਦਦ ਕਰੇ ਤੇ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਵੇ। ਰਾਜਕੁਮਾਰ ਆ ਜੀ, ਪਿੰਡ ਮੇਰਾ ਬੋਰਾਂ ਜੀ। ਇਸ ਗਰੀਬ ਪਰਿਵਾਰ ਦੇ ਨਾਲ ਹੀ ਮੇਰਾ ਘਰ ਆ ਜੀ। ਰਾਤ ਤਕਰੀਬਨ 1:30 ਵਜੇ ਇਹਨਾਂ ਦੀ ਛੱਤ ਗਿਰ ਗਈ ਜੀ। ਇਹਦੇ ਵਿੱਚ 2 ਜ਼ਖਮੀ ਹੋ ਗਏ ਜੀ, ਮੰਮੀ ਅਤੇ ਉਹਦੀ ਬੇਟੀ ਪਏ ਸੀਗੇ ਸੁੱਤੇ, ਉਹਨਾਂ ਨੂੰ ਸੱਟਾਂ ਵੱਜੀਆਂ ਨੇ ਜੀ। ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਜੀ। ਧੰਨਵਾਦ ਜੀ।